YouTube Channel Support for Education ਤੋਂ ਪੰਜਾਬੀ ਦੀ ਸਿੱਖਿਆ ਲੈ ਰਹੇ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 10ਵੀਂ ਸਾਹਿਤਮੈਲਾ ਪੁਸਤਕ ਵਿੱਚੋਂ ਵਾਰਤਕ ਜਿਸ ਦਾ ਨਾਂ ਹੈ ਕਰਦਾ ਪਿਆਰ ਜਿਸ ਦੇ ਲੇਖਕ ਹਨ ਪ੍ਰਿੰਸੀਪਲ ਤੇਜਾ ਸਿੰਘ ਜੀ। ਦੋਸਤੋ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਪਾਠ ਦੀ ਐਕਸਪਲੇਨੇਸ਼ਨ ਕੀਤੀ ਹੈ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਵਾਰਤਕ ਵਿੱਚ ਕੀ-ਕੀ ਦੱਸਿਆ ਗਿਆ ਹੈ। ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਪਾਠ ਦੇ प्रेशर उत्तर करने हैं, बैक एक्सरसाइज करनी है या एम सी क्यू करने हैं। ता थले डिस्क्रिप्शन बॉक्स में अं क्वेश्चन आंसर वाले वीडियो का भी लिंक ऐड कर देंगे तो एम सी क्यू वाले वीडियो का भी लिंक ऐड कर देंगे ताकि आप उन्होंने लिंक से क्लिक करके प्रश्न उत्तर एम सी क्यू भी चंकी तरह कर सकते हो तो जो अजे तक आप सारे ने यूट्यूब चैनल सपोर्ट फॉर एजुकेशन सबसक्राइब नहीं किया तो चैनल सबसक्राइब जरूर करो ताकि नवी वीडियोस आप सारे समय से प्राप्त हो सकन आओ शुरू कर दें पाठ करदा प्यार ਸਭ ਤੋਂ ਪਹਿਲਾਂ ਪਹਿਲੇ ਪੈਰੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਘਰ ਕੀ ਹੈ ਤੇ ਲੇਖਕ ਅਨੁਸਾਰ ਘਰ ਇੱਟਾਂ ਜਾਂ ਵੱਟਿਆਂ ਤੋਂ ਬਣੇ ਕੋਠੇ ਨੂੰ ਨਹੀਂ ਕਹਿੰਦੇ ਵੀ ਜਿਹੜੀ ਇੱਟਾਂ ਜਾਂ ਵੱਟਿਆਂ ਨਾਲ ਬਿਲਡਿੰਗ ਬਣ ਗਈ ਉਹ ਘਰ ਤੇ ਲੇਖਕ ਕਹਿੰਦਾ ਕਿ ਉਹ ਨਹੀਂ ਹੈ ਘਰ ਦਾ ਕੀ ਭਾਵ ਹੈ ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਰਦੀਆਂ ਹਨ ਸਦਰਾਂ ਦਾ ਅਰਥ ਹੁੰਦਾ ਹੈ ਉਮੰਗਾ ਜਿੱਥੇ ਬਚਪਨ ਵਿੱਚ ਮਾਂ ਪੈਣ ਤੇ ਭਰਾ ਕੋਲੋਂ ਲਾੜ੍ਹ ਹੁੰਦਾ ਤੇ ਜਵਾਨੀ ਵਿੱਚ ਪੂਰੇ ਦਿਨ ਕੰਮ ਕਰਕੇ ਖੱਟੀ ਕਮਾਈ ਕਰਕੇ ਮੂਡ ਆਉਣੂ ਜੀ ਕਰਦਾ ਅਤੇ ਬੁਢਾਪੇ ਵਿੱਚ ਜੀਵਨ ਦੇ ਜਮ ਇਲਾਤ ਮਿਲੀ ਵੇਲ ਨੂੰ ਆਰਾਮ ਨਾਲ ਕੱਟਣ ਵਿੱਚ ਸਵਾਦ ਆਉਂਦਾ ਹੈ ਕਿਸ ਤਰ੍ਹਾਂ ਸਵਾਦ ਆਉਂਦਾ ਜਿਵੇਂ ਬਚਪਨ ਵਿੱਚ ਮਾਦੀ ਟੋਲੀ ਵਿੱਚ ਆਉਂਦਾ ਸੀ ਤੇ ਉਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ ਕਿ ਮਨੁੱਖ ਦਾ ਅਸਰਨ ਕੈਰੇਕਟਰ ਹੈ ਉਹ ਬਣਦਾ ਹੀ ਘਰ ਵਿੱਚ ਤੇ ਜਿਹੜੇ ਲੋਕਾਂ ਨੂੰ ਕਰਦਾ ਪਿਆਰ ਨਹੀਂ ਮਿਲਿਆ ਹੁੰਦਾ ਉਹ ਮਨੁੱਖ ਸੜੀ ਵਾਲੀਆਂ ਖਿਜੂ ਹੁੰਦੇ ਹਨ ਕੀ ਉਹਨਾਂ ਦਾ ਸੁਭਾਅ ਸੜੀਅਲ ਤੇ ਖਿਜੂ ਹੁੰਦਾ ਹੈ ਤੇ ਜਿਹੜੇ ਮਨੁੱਖਾਂ ਨੂੰ ਕਰਦਾ ਪਿਆਰ ਮਿਲਿਆ ਹੁੰਦਾ ਉਹਨਾਂ ਵਿੱਚ ਉਹਨਾਂ ਵਿੱਚ ਪਿਆਰ ਨਿਮਰਤਾ ਹਮਦਰਦੀ ਮਿਠਾਸ ਇਹ ਗੁਣ ਆ ਜਾਂਦੇ ਹਨ ਤੇ ਅਗਲੇ ਪੈਰੇ ਵਿੱਚ ਇੱਕ ਬਿਰਦ ਬੀਬੀ ਜੀ ਦੀ ਗੱਲ ਕੀਤੀ ਹੋਈ ਹੈ ਕਿ ਲੇਖਕ ਉਹ ਲੇਖਕ ਦੱਸਦੇ ਹਨ ਕਿ ਜਿਹੜੇ ਬਿਰਦ ਬੀਬੀ ਜੀ ਉਹਨਾਂ ਦੇ ਜਾਣਕਾਰ ਸਨ ਉਹ ਨੇਕੀ ਤੇ ਉਪਕਾਰ ਦੀ ਪੁੱਤਲੀ ਸਨ ਉਹ ਸਵੇਰੇ ਸ਼ਾਮ ਨਿਤਨੇਮ ਕਰਦੇ ਅਤੇ ਗੁਰਦੁਆਰੇ ਵੀ ਜਾਂਦੇ ਸਨ ਬੱਚਿਆਂ ਨੂੰ ਦੇਖ ਕੇ ਬੱਚੇ ਬਣ ਜਾਂਦੇ ਸਨ ਰੋਣਾ ਦਾ ਸਬਾਬ ਬਹੁਤ ਖਰਵਾਸੀ ਖਰਵਾਦਾਰਤ ਹੁੰਦਾ ਕੋੜਾ ਬੋਲਣ ਵਾਲਾ ਤੇ ਉਹਨਾਂ ਦਾ ਸਬਾਬ ਇਸ ਤਰ੍ਹਾਂ ਦਾ ਸੀ ਕਿ ਉਹ ਨਿੱਕੀ ਨਿੱਕੀ ਗੱਲ ਤੇ ਵੀ ਖਿਜਪੈਂਦੇ ਸਨ ਤੇ ਗੁੱਸੇ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਸਨ ਅਤੇ ਉਸ ਵੇਲੇ ਲੱਗਦਾ ਸੀਗਾ ਕਿ ਉਹਨਾਂ ਦੇ ਦਿਲ ਵਿੱਚ ਕੋਈ ਤਰਸ ਨਹੀਂ ਹੈ ਕੋਈ ਪਿਆਰ ਨਹੀਂ ਹੈ ਤੇ ਇਸ ਦਾ ਕਾਰਨ ਕੀ ਸੀਗਾ ਇਸ ਦਾ ਕਾਰਨ ਹੈ ਕਿ ਉਹਨਾਂ ਨੂੰ ਕਰਦਾ ਪਿਆਰ ਨਹੀਂ ਮਿਲਿਆ ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਵੀ ਪਤੀ ਦੀ ਜਵਾਨੀ ਵਿੱਚ ਹੀ ਮੌਤ ਹੋ ਗਈ ਤੇ ਉਹਨਾਂ ਦੀ ਕੋਈ ਔਲਾਦ ਵੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਗੱਲ ਕੀਤੀ ਗਈ ਵੱਡੇ ਵੱਡੇ ਕਥਕੜ ਦੀ ਜੋ ਉਸ ਸਮੇਂ ਕਥਕੜ ਸੀਗੇ ਕਥਾ ਕਰਦੇ ਸੀਗੇ ਪੰਡਾਲਾਂ ਵਿੱਚ ਤੇ ਉਹ ਕਿਹਾ ਗਿਆ ਕਿ ਪੰਡਾਲਾਂ ਵਿੱਚ ਕਥਾ ਕਰਦੇ ਸਨ ਵਖਿਆਨ ਵੀ ਦਿੰਦੇ ਸਨ ਤੇ ਆਪਣੀ ਸਿਆਣਪ ਤੇ ਵਿਦਿਆ ਦੇ ਚਮਤਕਾਰ ਨਾਲ ਲੋਕਾਂ ਨੂੰ ਹੈਰਾਨ ਵੀ ਕਰਦੇ ਸਨ ਤੇ ਪਰ ਜੇ ਕੋਈ ਉਹਨਾਂ ਨੂੰ ਮਿਲਣਾ ਜਾਵੇ ਤੇ ਚਾਹ ਚਾਰ ਘੰਟੇ ਵੀ ਮੁਲਾਕਾਤ ਲਈ ਉਡੀਕੇ ਵੇਟ ਕਰੇ ਤਾਂ ਵੀ ਉਹਨਾਂ ਦੇ ਮਨ ਵਿੱਚ ਕੋਈ ਹਮਦਰਦੀ ਨਹੀਂ ਹੁੰਦੀ ਸੀ ਤੇ ਉਹਨਾਂ ਦੀਆਂ ਅੱਖਾਂ ਨਮਰੋਦ ਨਮਰੋਦ ਦੇ ਕਬਰ ਵਾਂਗ ਆ ਸੁੱਕੀਆਂ ਰਹਿੰਦੀਆਂ ਸਨ ਤੇ ਨਮਰੋਦ ਕੌਣ ਸੀਗਾ ਨਮਰੋਦ ਇੱਕ ਬੰਦਾ ਸੀਗਾ ਜਿਸ ਨੇ ਕਿ ਰੱਬ ਹੋਣ ਦਾ ਦਾਵਾ ਕੀਤਾ ਸੀਗਾ ਤੇ ਉਸਦੀ ਵੀ ਇੱਕ ਅਲੱਗ ਤੋਂ ਸਟੋਰੀ ਹੈ ਤੇ ਪਰ ਇੱਥੇ ਲੇਖਕ ਨੇ ਕੰਪੈਰੀਜ਼ਨ ਕਿਉਂ ਕੀਤਾ ਕਿਉਂਕਿ ਇਹ ਦੱਸਣਾ ਸਾਨੂੰ ਲੇਖਕ ਨੇ ਚਾਇਆ ਕਿ ਉਹਨਾਂ ਵਿੱਚ ਐ ਕੋਈ ਫੀਲਿੰਗਸ ਨਹੀਂ ਸੀ ਕੋਈ ਹਮਦਰਦੀ ਨਹੀਂ ਸੀ ਜੇ ਕੋਈ ਉਹਨਾਂ ਨੂੰ ਮਿਲਣ ਆ ਜਾਈ ਤੇ ਕਿਉਂ ਤੇ ਇਸ ਦਾ ਕਾਰਨ ਕੀ ਹੈ ਤੇ ਕਿ ਇਹੋ ਜੇ ਸੱਜਣ ਦੀ ਵੋਟੀ ਨੇ ਕਿਹਾ ਕੀ ਦੱਸਿਆ ਕੀ ਪਾਈ ਹੋਣੀ ਜਿਹੜੇ ਲੋਕ ਕਥਾ ਕਰਦਨ ਪਾਈ ਹੋਣੀ ساری ਜ਼ਿੰਦਗੀ ਹੈਂਡਬੈਗ ਅਤੇ ਮੋਟਰ ਗੱਡੀਆਂ ਦੇ ਸਫ਼ਰ ਵਿੱਚ ਟਪਾ ਦਿੰਦੇ ਹਨ ਤੇ ਇੰਨਾ ਵਿੱਚ ਕਰਦਾ ਪਿਆਰ ਨਹੀਂ ਹੁੰਦਾ ਤੇ ਇਸ ਲਈ ਇਨ੍ਹਾਂ ਦੀ ਜ਼ਿੰਦਗੀ ਅਰਸਤੋਂ ਖਾਲੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਲ ਕੀਤੀ ਗਈ ਹੈ ਉਪਦੇਸ਼ਕ ਤੇ ਲਿਖਾਰੀਆਂ ਦੀ ਜੋ ਕਿ ਵੱਡੇ ਵੱਡੇ ਮਹਾਪੁਰਖਾਂ ਗੁਰੂਆਂ ਦੇ ਬਾਰੇ ਲਿਖਦੇ ਹਨ ਤੇ ਲੇਖਕ ਕਹਿੰਦੇ ਹਨ ਕਿ ਉਪਦੇਸ਼ਕ ਤੇ ਲਿਖਾਰੀ ਮਹਾਰਪੁਰਖਾਂ ਨੂੰ ਵੀ ਆਪਣੇ ਜਿਹੇ ਕੋਰੇ ਅਤੇ ਕਰੋਗੀ ਪਿਆਰ ਤੋਂ ਸਖਣੇ ਬਣਾ ਕੇ ਦੱਸਦੇ ਹਨ ਤੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੇ ਬਚਪਨ ਬਾਰੇ ਉਹਨਾਂ ਨੇ ਜ਼ਿਆਦਾ ਕੁਝ ਦੱਸਿਆ ਹੀ ਨਹੀਂ ਤੇ ਗੁਰੂ ਸਾਹਿਬ ਦਾ ਜੀਵਨ ਉਹ ਦੱਸਦੇ ਹਨ ਕਿ ਕਦੇ ਉਹ ਤੂਤਲੀਆਂ ਗੱਲਾਂ ਕਰਨ ਵਾਲੇ ਬਚਪਨ ਤੋਂ ਲੰਘੇ ਹੀ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਸਾਨੂੰ ਇਹ ਕਿਹਾ ਗਿਆ ਕਿ ਮਹਾਪੁਰਖਾਂ ਲਈ ਵੀ ਕਰਦਾ ਪਿਆਰ ਮਾਤਾ ਪਿਤਾ ਤੋਂ ਉਦਰੇਵਾ ਉਦਰੇਵਾ ਦਾ ਅਰਥ ਹੁੰਦਾ ਵਿਛੋੜੇ ਵਿੱਚੋਂ ਮਿਲੀ ਉਦਾਸੀ ਅਤੇ ਰੋਸਾ ਭੈਣ ਦਾ ਵੀਰ ਨੂੰ ਬਚਾਉਣਾ ਇਸ ਤਰ੍ਹਾਂ ਦਾ ਮਾਹੌਲ ਬਣਾਉਂਦਾ ਹੈ ਕਿ ਉਹ ਪਰਮਾਤਮਾ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ ਤੇ ਕਹਿਣ ਤੋਂ ਪਾਵੈ ਕਿ ਮਹਾਪੁਰਖਾਂ ਲਈ ਵੀ ਕਰਦਾ ਪਿਆਰ ਹੈ ਬਹੁਤ ਜ਼ਰੂਰੀ ਹੈ ਤੇ ਇਸੇ ਬਾਰੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਸਾਕੀ ਬਾਰੇ ਦੱਸਿਆ ਗਿਆ ਹੈ ਕਿ ਆਪ ਸਾਰੇ ਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਵੱਡੀਆਂ-ਵੱਡੀਆਂ ਯਾਤਰਾਵਾਂ ਕੀਤੀਆਂ ਤੇ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਜਦੋਂ ਪਰਦੇਸ ਯਾਤਰਾ ਕਰਕੇ ਪਰਤ ਰਹੇ ਸੀ ਤਾਂ ਬਾਹਰ ਖੂਹ ਤੇ ਬੈ ਗਏ ਤੇ ਭਾਈ ਮਰਦਾਨਾ ਜੀ ਨੂੰ ਕਰਵਾਲਿਆਂ ਦੀ ਖਬਰ ਲੈਣ ਲਈ ਪਿੰਡ ਭੇਜਿਆ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਐਨਾ ਦੱਸੇ ਵੀ ਮੈਂ ਵੀ ਇੱਥੇ ਹੀ ਆਇਆ ਹੋਇਆ ਹਾਂ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਪਾਈ ਮਰਦਾਨਾ ਜੀ ਕਰਦਾ ਹਾਲ-ਚਲ ਪੁੱਛ ਕੇ ਵਾਪਸ ਮੁੜਨ ਲੱਗੇ ਤਾਂ ਮਾਤਾ ਤ੍ਰਿਪਤਾ ਜੀ ਵੀ ਪਾਈ ਮਰਦਾਨਾ ਜੀ ਪਿੱਛੇ ਉੱਥੇ ਹੀ ਪਹੁੰਚ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਤੇ ਮਾਤਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਮੱਥਾ ਚੁੰਮਿਆ ਤੇ ਕਿਹਾ ਵੇ ਬੱਚਾ ਮੈਂ ਵਾਰੀ ਮੈਂ ਤੇਥੋਂ ਵਾਰੀ ਮੈਂ ਉਹਨਾਂ ਦੇਸ਼ਾਂ ਤੋਂ ਵਾਰੀ ਉਹਨਾਂ ਰਾਹਾਂ ਤੋਂ ਵਾਰੀ ਜਿੰਨਾ ਉੱਤੇ ਚੱਲ ਕੇ ਤੂੰ ਆਇਆ ਹੈ ਤੇ ਫਿਰ ਲੇਖਕ ਅੰਦਰ ਜੇ ਕੋਈ ਸੁੱਕਾ ਫਿਲਾਸਫਰ ਹੁੰਦਾ ਤਾਂ ਉਹ ਕਹਿੰਦਾ ਜਾ ਪਈ ਜਾ ਇਨਾਂ ਤਿਲਾਂ ਵਿੱਚ ਤੇਲ ਨਹੀਂ ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਪਰਮਾਣ ਆਈ ਹੈ ਤੇ ਕੋਈ ਸੁਖਾ ਫਿਲਾਸਫਰ ਤੇ ਆਇਆ ਕਹਿੰਦਾ ਪਰ ਗੁਰੂ ਜੀ ਨੇ ਨਹੀਂ ਗੁਰੂ ਜੀ ਨੇ ਕੀ ਕੀਤਾ ਤੇ ਗੁਰੂ ਜੀ ਮਾਤਾ ਜੀ ਦੇ ਚਰਨਾਂ ਉੱਤੇ ਡਿੱਗ ਪਏ ਤੇ ਖੂਬ ਰੋਏ ਤੇ ਉਸ ਤੋਂ ਬਾਅਦ ਲੇਖਕ ਨੇ ਕਿਹਾ ਹੈ ਕਿ ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ ਤੇ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਗੁਰੂ ਜੀ ਵਿੱਚ ਕਰਦਾ ਕਿੰਨਾ ਪਿਆਰ ਸੀ ਉਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਉੱਤੇ ਬੀਬੀ ਨਾਨਕੀ ਦੇ ਪਿਆਰ ਦਾ ਬਹੁਤ ਅਸਰ ਸੀ ਬੀਬੀ ਨਾਨਕੀ ਨੇ ਗੁਰੂ ਜੀ ਨੂੰ ਬਚਪਨ ਵਿੱਚ ਲੋਰੀਆਂ ਦੇ ਕੇ ਕੁੱਛੜ ਵਿੱਚ ਚੁੱਕਿਆ ਪਾਲਿਆ ਅਤੇ ਪਿਤਾ ਦੀ ਚਪੇੜਾਂ ਤੋਂ ਬਚਾਇਆ ਅਤੇ ਉਹਨਾਂ ਨੇ ਖਰੇ ਸੌਦੇ ਕਰਦੇ ਹਨ ਗੁਰੂ ਨਾਨਕ ਦੇਵ ਜੀ ਨੂੰ ਉਤਸ਼ਾਹਿਤ ਤੇ ਉਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ ਕਿ ਮੁਹੰਮਦ ਸਾਹਿਬ ਦੇ ਬਾਰੇ ਕਿ ਉਹਨਾਂ ਦੀ ਪਤਨੀ ਬੀਬੀ ਖਦੀਜਾ ਨੇ ਓਕੇ ਵੇਲੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਦੇ ਜੀਵਨ ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਹਨਾਂ ਵਿੱਚ ਯਕੀਨ ਕੀਤਾ ਅਤੇ ਉਹਨਾਂ ਦਾ ਹੌਸਲਾ ਵਧਾਇਆ ਤੇ ਕੀ ਹੁੰਦਾ ਸੀਗਾ ਜਦੋਂ ਮੁਹੰਮਦ ਸਾਹਿਬ ਨੂੰ ਰੱਬ ਵੱਲੋਂ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਅੰਨ੍ਹੇ ਨਿਸਾਲੋ ਜਾਂਦੇ ਸਨ ਕਿ ਉਹਨਾਂ ਨੂੰ ਆਰਾਮ ਦੇ ਕੇ ਮੋੜ ਅਸਲੀ ਹਾਲਤ ਵਿੱਚ ਨੇ ਆਉਣ ਵਾਲੀ ਬੀਬੀ ਖਦੀਜਾ ਹੀ ਸੀ ਇਹ ਬੀਬੀ ਖਦੀਜਾ ਮੁਹੰਮਦ ਸਾਹਿਬ ਦਾ ਸਿਰ ਆਪਣੇ ਪੱਟਾ ਉੱਤੇ ਰੱਖ ਕੇ ਉਹਨਾਂ ਦੇ ਸਭ ਥਕੇਵੇਂ ਦੂਰ ਕਰ ਦਿੰਦੀ ਸੀ ਇਸ ਤੋਂ ਬਾਅਦ ਗੱਲ ਕੀਤੀ ਗਈ ਹੈ ਕਾਰਲਾਈਲ ਦੇ ਬਾਰੇ ਜਿਸ ਨੇ ਚੁੱਪ ਅਤੇ ਸ਼ਾਂਤੀ ਦੇ ਬਾਰੇ ਕਾਫੀ ਕੁਝ ਲਿਖਿਆ ਪਰ ਉਸਦਾ ਵਤੀਰਾ ਆਪਣੀ ਪਤਨੀ ਦੇ ਨਾਲ ਬਹੁਤ ਬੁਰਾ ਸੀ ਤੇ ਉਹ ਆਪਣੇ ਕਮਰੇ ਵਿੱਚ ਪੜਦਾ ਜਾਂ ਲਿਖਦਾ ਰਹਿੰਦਾ ਸੀ ਚੁੱਪ ਦੇ ਬਾਰੇ ਤੇ ਉਸਦੀ ਪਤਨੀ ਵਾਰਾਂਡੇ ਵਿੱਚ ਬੈਠੀ ਆਏਗੀ ਨੂੰ ਤਰੰਦੀ ਰਹਿੰਦੀ ਸੀ ਤੇ ਕੋਈ ਵੀ ਆਂਦਾ ਸੀਗਾ ਉਹਨਾਂ ਦੇ ਘਰ ਤੇ ਉਹਨੂੰ ਭੇਜ ਦਿੰਦੇ ਸੀ ਵੀ ਜਿਹੜਾ ਕਾਰਲਾਈਲ ਹੈ ਉਹ ਲਿਖਣ ਵਿੱਚ ਡਿਸਟਰਬ ਨਾ ਹੋ ਜਾਏ ਤੇ ਜਦੋਂ ਉਹ ਕਦੇ ਹੌਸਲਾ ਕਰਕੇ ਬੂਹਾ ਖੋਲਦੀ ਸੀ ਤਾ ਕਾਰਲਾਈ ਲੈ ਖੇਜ ਕੇ ਖਾਣ ਨੂੰ ਪੈਂਦਾ ਆਪਣੀ ਪਤਨੀ ਨੂੰ ਤੇ ਤਰਾ ਕੇ ਡਰਾ ਕੇ ਆਪਣੀ ਪਤਨੀ ਨੂੰ ਬਾਹਰ ਕੱਢ ਦਿੰਦਾ ਤੇ ਕਾਰਲਾਈ ਦੇ ਇਸ ਵਤੀਰੇ ਦਾ ਕੀ ਕਾਰਨ ਸੀ ਕਿ ਉਹ ਇੱਕ ਖੇਜੂਤੇ ਸੜੀਲ ਵਿਅਕਤੀ ਸੀ ਜੋ ਕਿ ਆਪਣੀ ਪਤਨੀ ਨੂੰ ਪਿਆਰ ਨਹੀਂ ਕਰਦਾ ਸੀ ਤੇ ਇਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ ਹੈ ਕਿ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਜਿਹੜਾ ਮਨੁੱਖ ਆਪਣੇ ਘਰ ਵਿੱਚ ਮਾਤਾ ਪਿਤਾ ਪਤਨੀ ਅਤੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਉਸ ਵਿੱਚ ਸਮਾਜ ਅਤੇ ਦੇਸ਼ ਦਾ ਪਿਆਰ ਵੀ ਪੈਦਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਲੋਕ ਅੱਜਕੱਲ ਦੇ ਲੋਕਾਂ ਦੀ ਗੱਲ ਕੀਤੀ ਗਈ ਕਿ ਅੱਜਕੱਲ ਦੇ ਲੋਕ ਹੈ ਉਹ ਸਦਾਚਾਰੀ ਜੀਵਨ ਦੇ ਅਸਰ ਨੂੰ ਨਾ ਜਾਣਦੇ ਹੋਏ ਬਾਲ ਬੱਚੇ ਅਤੇ ਤੀਵੀਂ ਨਰ ਜੀਵਨ ਬਿਤਾਉਣ ਦੀ ਥਾਂ ਕਲਬਾਂ ਅਤੇ ਹੋਟਲਾਂ ਦੀ ਰਹਿਣੇ ਨੂੰ ਵਧੇਰੇ ਪਸੰਦ ਕਰਨ ਲੱਗ ਪਏ ਹਨ। ਜਿਹੜੇ ਘਰਾਂ ਵਿੱਚ ਸਮਾਂ ਬਿਤਾਉਣ ਦੀ ਥਾਂ ਉਹ ਕਲਬਾਂ ਤੇ ਹੋਟਲਾਂ ਵਿੱਚ ਸਮਾਂ ਬਿਤਾਉਂਦੇ ਹਨ। ਤੇ ਇਸ ਦਾ ਰਿਜ਼ਲਟ ਕੀ ਹੈ? ਸੱਟਾ ਕੀ ਹੈ? ਤੇ ਇਸ ਦਾ ਸੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚ ਘਰੋਗੀ ਜ਼ਿੰਮੇਵਾਰੀ, ਬ੍ਰਾਦਰੀ ਵਾਲੀ ਸ਼ਰਾਫਤ, ਮਿੱਠਾ ਤੇ ਨਿਮਰਤਾ ਵਾਲੇ ਗੁਣ ਘੱਟ ਰਹੇ ਹਨ। ਜੋ ਕੇ ਸਿਰਫ ਕਰੋਗੇ ਆਚਰਨ ਤੋਂ ਹੀ ਉਪਜਦੇ ਸਨ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਦੀ ਗੱਲ ਕੀਤੀ ਗਈ ਹੈ ਸਪੈਸ਼ਲੀ ਮੁੰਡਿਆਂ ਦੀ ਤੇ ਕੀ ਹੋਇਆ ਕਿ ਅੱਜ ਕੱਲ ਉਹ ਬੋਰਡਿੰਗ ਵਿੱਚ ਰਹਿੰਦੇ ਨੇ ਤੇ ਇਹ ਬੋਰਡਿੰਗ ਵਿੱਚ ਰਹਿਣ ਕਾਰਨ ਕਰੋਗੇ ਗੁਣ ਜਿਵੇਂ ਕਿ ਲੱਜਾ ਹਮਦਰਦੀ ਭਰਾਤਰੀ ਦਾ ਸਨਮਾਨ ਆਦਿ ਉਹਨਾਂ ਵਿੱਚ ਪੈਦਾ ਨਹੀਂ ਹੁੰਦੇ ਤੇ ਸਪੋਜ਼ ਕਰ ਲਓ ਕਿ ਕਿਸੇ ਦੀ ਕਿਸੇ ਦੀ ਚਾਚੀ ਮਰ ਗਈ ਤੇ ਉਹ ਜਿਹੜਾ ਮੁੰਡਾ ਬੋਰਡਿੰਗ ਵਿੱਚ ਰਹਿੰਦਾ ਹੈ ਉਹ ਆਪਣੇ ਚਾਚੇ ਕੋਲ ਜਾ ਕੇ ਉਹਨੂੰ ਪਰਚਾਉਣੀ ਦੇਣੀ ਵੀ ਨਹੀਂ ਆਉਂਦੀ ਫਿਰ ਉਸੇ ਮਾਨ ਨੂੰ ਦੱਸਣਾ ਪੈਂਦਾ ਚਾਚੇ ਨੂੰ ਕਿ ਕਾਕਾ ਚਾਚੀ ਲਈ ਅਫਸੋਸ ਕਰਨ ਆਇਆ ਤੇ ਉਸ ਤੋਂ ਬਾਅਦ ਗੱਲ ਕੀਤੀ ਗਈ ਧਾਰਮਿਕ ਰੁਚੀਆਂ ਦੀ ਕਿ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਲਈ ਕਰਦੇ ਪਿਆਰ ਦਾ ਬਹੁਤ ਮਹੱਤਵ ਹੈ ਤੇ ਅਸਲੀ ਧਾਰਮਿਕ ਜੀਵਨ ਦੀ ਨਹੀਂ ਕਰਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਤੇ ਧਾਰਮਿਕ ਰੁਚੀ ਕੇਵਲ ਉਸੇ ਆਦਮੀ ਅੰਦਰ ਹੀ ਪੈਦਾ ਹੋ ਸਕਦੀ ਹੈ ਜੋ ਕਰਵਾ ਦੇਣਾ ਦਰਲ ਕੇ ਧਾਰਮਿਕ ਸੰਸਕਾਰ ਕਰਦਾ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਪਰ ਅੱਜ ਕੱਲ ਲੋਕ ਇਹ ਸਮਝਦੇ ਹਨ ਅੱਜ ਕੱਲ ਲੋਕ ਰਮ ਦੀ ਕਮਾਈ ਬਸ ਐਸੇ ਨੂੰ ਸਮਝੀ ਬੈਠੇ ਹਨ ਕਿ ਕਿਸੇ ਦਿਨ ਦਿਹਾੜ ਦੇ ਵਿੱਚ ਕੋਈ ਕੋਈ ਦਿਨ ਹੋ ਗਿਆ ਕੋਈ ਦਿਹਾੜਾ ਹੋ ਗਿਆ ਤੇ ਉਸ ਦਿਨ ਦਿਵਾਨ ਵਿੱਚ ਹਾਜ਼ਰ ਹੋ ਕੇ ਬਾਤਾਂ ਅਰਦਾਸ ਸੁਣ ਛੜਣ ਤੇ ਅੱਜ ਕੱਲ੍ਹ ਹੈ ਕਿ ਘਰ ਵਿੱਚ ਜਿਹੜੀ ਇਸਤਰੀ ਤੇ ਬੱਚੇ ਨਾਲ ਰਲ ਕੇ ਬਾਤ ਕਰਨਾ ਜਾਂ ਅਰਦਾਸ ਕਰਨਾ ਬਹੁਤ ਹੀ ਘੱਟ ਹੋ ਗਿਆ ਵੀ ਸਾਨੂੰ ਪਰਿਵਾਰ ਸਮੇਤ ਮਿਲ ਕੇ ਬਾਤ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਆ ਪਰ ਅੱਜ ਕੱਲ੍ਹ ਹੈ ਬਹੁਤ ਘੱਟ ਹੋ ਗਿਆ ਇਹ ਫਿਰ ਲੇਖਕ ਆਪਣੇ ਬਚਪਨ ਦੇ ਬਾਰੇ ਦੱਸਦਾ ਹੈ ਕਿ ਜਦੋਂ ਉਹ 라ਵਲਪਿੰਡੀ ਵਿੱਚ ਪੜਦਾ ਸੀ ਤਾਂ ਹਰ ਹਫ਼ਤੇ ਐਤਵਾਰ ਦਾ ਦਿਨ ਗੁਜ਼ਾਰਨ ਲਈ ਆਪਣੇ ਪਿੰਡ ਆਂਦਾ ਸੀ। ਇਹ ਲੇਖਕ ਨੂੰ ਆਪਣੇ ਪਿੰਡ ਨਾਲ ਬਹੁਤ ਪਿਆਰ ਸੀ। ਤੇ ਜਦੋਂ ਉਹ ਛੀਟ ਪੜਾ ਤੋਂ ਲੰਘ ਕੇ ਤ੍ਰਪਿਆ ਕੋਲ ਪੁੱਜਦਾ ਸੀ ਇਹ ਜਗਾਵਾ ਥਾਵਾਂ ਦੇ ਨਾਂ ਨੇ ਤੇ ਤਾਂ ਇੱਕ ਟਿੱਬੇ ਦੇ ਓਲੇ ਲੇਖਕ ਦਾ ਜਿਹੜਾ ਪਿੰਡ ਆ ਵਸਦਾ ਅਦਿਕਤਾ ਸੀ। ਟਿੱਬਾ ਕੀ ਹੁੰਦਾ ਇੱਕ ਉੱਚੀ ਥਾਂ। ਮਿੱਟੀ ਜਾਂ ਰੇਤ ਦੀ ਪਹਾੜੀ ਨੂੰ ਟਿੱਬਾ ਕਿਹਾ ਜਾਂਦਾ। ਤੇ ਇਹ ਲੇਖਕ ਉਸ ਟਿੱਬੇ ਕੋਲ ਖੜ ਕੇ ਆਪਣਾ ਪਿੰਡ ਬਾਰ-ਬਾਰ ਦੇਖਦਾ ਸੀਗਾ ਜਦੋਂ ਵੀ ਆਂਦਾ ਸੀਗਾ ਪਿੰਡ ਤੇ ਪਹਿਲਾ ਟਿੱਬੇ ਕੋਲ ਖੜ ਕੇ ਆਪਣਾ ਪਿੰਡ ਬਾਰ-ਬਾਰ ਦੇਖਦਾ ਸੀਗਾ ਕਿਉਂਕਿ ਲੇਖਕ ਨੂੰ ਉਸ ਨਾਲ ਬਹੁਤ ਪਿਆਰ ਸੀਗਾ ਤੇ ਜਦੋਂ ਵਾਪਸ ਜਾਣਾ ਹੁੰਦਾ ਸੀਗਾ ਤਾਂ ਵੀ ਲੇਖਕ ਐ ਬਾਰ ਵਾਪਸ ਆਣ ਵਾਪਸ ਜਾਣ ਵੇਲੇ ਵੀ ਬਾਰ-ਬਾਰ ਪਿੰਡ ਨੂੰ ਦੇਖਦਾ ਸੀਗਾ ਉੱਥੇ ਖੜਾ ਹੋ ਕੇ ਤੇ ਕਈ ਵਾਰੀ ਕੁਝ ਕਦਮ ਅੱਗੇ ਚੜ੍ਹ ਕੇ ਫਿਰ ਵਾਪਸ ਕੁਝ ਕਦਮ ਦੇ ਵਾਪਸ ਆ ਜਾਂਦਾ ਸੀਗਾ ਆਪਣੇ ਪਿੰਡ ਨੂੰ ਦੁਬਾਰਾ ਦੇਖਣ ਫਿਰ ਲੇਖਕ ਕਹਿੰਦਾ ਕਿ ਮੇਰਾ ਪਿੰਡ ਕਿੰਨਾ ਪਿਆਰਾ ਸੀ ਅਤੇ ਉਸ ਦੇ ਉਸ ਵਿੱਚ ਵਸਦੇ ਸਬੰਧੀ ਉਹ ਵੇ ਕਿੰਨੇ ਪਿਆਰੇ ਸਨ ਤੇ ਦੋਸਤੋ ਐਸੀ ਕਾ ਪਾਠ ਕਰਦਾ ਪਿਆਰ ਇਸ ਵਿੱਚ ਸਾਨੂੰ ਕਾਫੀ ਜ਼ਿਆਦਾ ਉਦਾਹਰਨਾ ਐਗਜ਼ਾਮਪਲਸ ਵੀ ਦਿੱਤੀਆਂ ਗਈਆਂ ਹਨ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਗਿਆ ਕਿ ਘਰ ਕੀ ਹੈ ਤੇ ਉਸ ਤੋਂ ਬਾਅਦ ਸਾਨੂੰ ਬੇਰਤ ਬੀਬੀ ਜੀ ਦੇ ਬਾਰੇ ਦੱਸਿਆ ਗਿਆ ਹੈ ਉਸ ਤੋਂ ਬਾਅਦ ਸਾਨੂੰ ਕਤਕੜ ਲੋਕਾਂ ਦੇ ਬਾਰੇ ਦੱਸਿਆ ਗਿਆ ਹੈ ਤੇ ਉਸ ਤੋਂ ਬਾਅਦ ਸਾਨੂੰ ਬਦੇਸ਼ਕ ਤੇ ਲਿਖਾਰੀਆਂ ਦੇ ਬਾਰੇ ਦੱਸਿਆ ਗਿਆ ਹੈ ਤੇ ਉਸ ਤੋਂ ਬਾਅਦ ਸਾਨੂੰ ਮਹਾਪੁਰਖਾਂ ਦੇ ਜੀਵਨ ਵਿੱਚ ਕਰਦੇ ਪਿਆਰ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਈ ਗਈ ਹੈ ਉਸ ਤੋਂ ਬਾਅਦ ਮੁਹੰਮਦ ਸਾਹਿਬ ਦੇ ਬਾਰੇ ਦੱਸਿਆ ਗਿਆ ਹੈ ਕਾਰਲਾਈਲ ਦੇ ਬਾਰੇ ਦੱਸਿਆ ਗਿਆ ਹੈ ਤੇ ਸਮਾਜ ਅਤੇ ਦੇਸ਼ ਦੇ ਪਿਆਰ ਬਾਰੇ ਦੱਸਿਆ ਗਿਆ ਹੈ ਤੇ ਘਰ ਘਟ ਰਹੇ ਹਨ ਹੋਟਲ ਵੱਧ ਰਹੇ ਹਨ ਇਸ ਬਾਰੇ ਦੱਸਿਆ ਗਿਆ ਹੈ ਧਾਰਮਿਕ ਰੁਚੀਆਂ ਨੂੰ ਬਲਮਾਨ ਬਣਾਉਣ ਵਿੱਚ ਕਰਦੇ ਪਿਆਰ ਦਾ ਕੀ ਮਹੱਤਵ ਹੈ ਉਹ ਵੀ ਦੱਸਿਆ ਗਿਆ ਤੇ ਅੰਤ ਵਿੱਚ ਸਾਨੂੰ ਪਿੰਡ ਦੀ ਚੱਕੀ ਦਾ ਵਿਦਰਿਸ਼ ਉਹ ਦਿਖਾਇਆ ਗਿਆ ਹੈ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਰਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਹੜੇ ਵੀਡੀਓਸ ਦੇ ਲਿੰਕਸ ਹਨ ਉਹਨਾਂ ਵਿੱਚ ਪ੍ਰੈਸ਼ਨ ਉੱਤਰ ਅਤੇ ਐਮਸੀਕਿਊ ਦੋਨਾਂ ਵੀਡੀਓਸ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਐਡ ਕਰ ਦਿੱਤੇ ਗਏ ਹਨ ਆਪ ਉਹਨਾਂ ਵੀਡੀਓਸ ਤੇ ਕਲਿੱਕ ਕਰਕੇ ਪ੍ਰੈਸ਼ਨ ਉੱਤਰ ਅਤੇ ਐਮਸੀਕਿਊ ਦੀ ਤਿਆਰੀ ਵੀ ਚੰਗੀ ਤਰ੍ਹਾਂ ਕਰ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਰਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੇ ਸਾਡੀ ਛੋਟੀ ਜੀ ਕੋਸ਼ਿਸ਼ ਆਪ ਸਾਰਿਆਂ ਨੂੰ ਬਹੁਤ ਹੀ ਵਧੀਆ ਲੱਗੀ ਹੋਵੇਗੀ ਆਪ ਸਾਰਿਆਂ ਨੂੰ ਉਸੇ ਮਿਲਾਂਗੇ ਪ੍ਰਸ਼ਨ ਉੱਤਰ ਅਤੇ ਐਮਸੀਕਿਊ ਦੀ ਵੀਡੀਓ ਦੇ ਵਿੱਚ ਉਦੋਂ ਤੱਕ ਦਿਓ ਇਸ ਆਜ਼ਾਦ ਸਤਿ ਸ਼੍ਰੀ ਅਕਾਲ